ਕੱਲ੍ਹ ਤੋਂ 18ਵੀਂ ਲੋਕ ਸਭਾ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਕੱਲ੍ਹ 540 ਮੈਂਬਰਾਂ ਵੱਲੋਂ ਜਿਹੜੇ ਨਵੇਂ ਸੰਸਦ ਮੈਂਬਰ ਚੁਣੇ ਗਏ ਉਹਨਾਂ ਵੱਲੋਂ ਸਹੁੰ ਚੁੱਕ ਕੇ ਜਿਹੜੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਅੱਜ ਵਾਰੀ ਪੰਜਾਬ ਦੀ ਆ। ਪੰਜਾਬ ਦੇ 13 ਜਿਹੜੇ ਨਵੇਂ ਸੰਸਦ ਮੈਂਬਰ ਬਣੇ ਆ ਉਹਨਾਂ ਵੱਲੋਂ ਸਹੁੰ ਚੁੱਕੀ ਜਾਵੇਗੀ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ, ਖਡੂਰ ਸਭਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਆ, ਉਹਨਾਂ ਨੂੰ ਵੀ ਬਕਾਇਦਾ ਤੌਰ 'ਤੇ ਜਿਹੜਾ ਉਹਨਾਂ ਵੱਲੋਂ ਫੋਨ ਨੰਬਰ ਰਜਿਸਟਰਡ ਕਰਵਾਇਆ ਗਿਆ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਹਨਾਂ ਨੂੰ ਵੀ ਬਕਾਇਦਾ ਸਹੁੰ ਚੁੱਕਣ ਲਈ ਟੈਲੀਫੋਨ ਗਿਆ। ਉਹਨਾਂ ਵੱਲੋਂ ਆਖਿਆ ਗਿਆ ਕਿ ਉਹਨਾਂ ਨੂੰ ਕਿਹਾ ਗਿਆ ਕਿ ਕੱਲ੍ਹ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕਰ ਪੰਜਾਬ ਦੇ ਜਿਹੜੇ ਚੁਣੇ ਗਏ ਸੰਸਦ ਮੈਂਬਰ ਆ ਉਹਨਾਂ ਵੱਲੋਂ ਸਹੁੰ ਚੁੱਕੀ ਜਾਣੀ ਆ। ਇਸ ਕਰਕੇ ਉਹਨਾਂ ਨੂੰ ਟੈਲੀਫੋਨ ਕਰਕੇ ਇਸ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਆ, ਪਰ ਉਹਨਾਂ ਨੂੰ ਸਹੁੰ ਚੁੱਕਣ ਦੇ ਲਈ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣ ਦੇ ਲਈ ਕੋਈ ਵੀ ਜਿਹੜੀ ਪੈਰੋਲ ਉਹ ਨਹੀਂ ਦਿੱਤੀ ਗਈ। ਹੁਣ ਵੇਖਣਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੇ ਨਾਲ ਸਹੁੰ ਚੁੱਕਣਗੇ, ਕਿਉਂਕਿ ਭਾਰਤ ਦੇ ਸੰਵਿਧਾਨ ਬਾਰੇ ਧਾਰਨਾ ਹੈ ਕਿ ਇਹ ਬਹੁਤ ਲਚਕੀਲਾ ਅਤੇ ਸਾਰੇ ਨਾਗਰਿਕਾਂ ਵਾਸਤੇ ਬਰਾਬਰ ਵਾਲਾ ਸੰਵਿਧਾਨ ਹੈ, ਪਰੰਤੂ ਸੱਚ ਹੈ ਕਿ ਸੰਵਿਧਾਨ ਨੂੰ ਲਾਗੂ ਕਰਨ ਵਾਲਿਆਂ ਦੇ ਮਨਾਂ ਵਿੱਚ ਇੱਕ ਖਾਸ ਫਿਰਕੇ ਤੋਂ ਬਿਨਾਂ ਬਾਕੀਆਂ ਵਾਸਤੇ ਬਰਾਬਰਤਾ ਜਾਂ ਸਨਮਾਨ ਦੀ ਭਾਵਨਾ ਨਹੀਂ ਹੈ। ਇਸ ਕਰਕੇ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਸਦਾ ਹੀ ਗਿਲਾ ਰਿਹਾ ਹੈ ਕਿ ਭਾਰਤ ਦੀ ਸਿਆਸਤ ਸਾਨੂੰ ਬਰਾਬਰੀ ਅਤੇ ਨਿਆਂ ਨਹੀਂ ਦਿੰਦੀ, ਉਲਟਾ ਸਾਡੇ ਨਾਲ ਵਿਤਕਰੇ ਕੀਤੇ ਜਾ ਰਹੇ ਆ। ਭਾਰਤੀ ਸਿਆਸਤ ਜਾਂ ਇਹ ਇੱਕ ਤਰਫਾ ਕੱਟੜਵਾਦੀ ਨਿਜ਼ਾਮ ਹਮੇਸ਼ਾ ਇਸ ਗੱਲ ਨੂੰ ਝਟਲਾਉਣ ਲਈ ਘੱਟ ਗਿਣਤੀਆਂ ਵਿੱਚੋਂ ਕੁਝ ਮੌਨ ਮੂਰਤੀਆਂ ਲੱਭ ਕੇ ਉਹਨਾਂ ਨੂੰ ਉੱਚੇ ਸੰਘਾਸ਼ਨ 'ਤੇ ਸਜਾਉਂਦਾ ਹੈ ਤਾਂ ਕਿ ਦੁਨੀਆ ਨੂੰ ਭੁਲੇਖਾ ਬਣਿਆ ਰਹੇ ਕਿ ਭਾਰਤ ਇੱਕ ਨਿਰਪੱਖ ਦੇਸ਼ ਹੈ, ਇੱਥੇ ਸਭ ਦੇ ਹੱਕ ਬਰਾਬਰ ਹਨ। ਬੇਸ਼ੱਕ ਸਰਕਾਰੀ ਜਬਰ ਸਾਰੀਆਂ ਹੱਦਾਂ ਪਾਰ ਚੁੱਕਿਆ ਹੋਵੇ, ਪਰੰਤੂ ਇਹ ਵੀ ਘੱਟ ਗਿਣਤੀਆਂ ਹਿੰਮਤ ਨਹੀਂ ਹਾਰਦੀਆਂ। ਜਦੋਂ ਵੀ ਕੋਈ ਚੋਣ ਆਉਂਦੀ ਹੈ ਜਾਂ ਮੌਕਾ ਮਿਲਦਾ ਹੈ ਤਾਂ ਘੱਟ ਗਿਣਤੀਆਂ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਨ ਵਿੱਚ ਸਫਲ ਰਹਿੰਦੀਆਂ ਹਨ। ਬੇਸ਼ੱਕ ਉਹ ਹੁੰਝੇਦਾਰ ਜਿੱਤ ਤਾਂ ਨਹੀਂ ਪ੍ਰਾਪਤ ਕਰ ਸਕੀਆਂ, ਪਰੰਤੂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਵਾਂਗ ਆਪਣੀ ਹੋਣ ਦਾ ਪ੍ਰਗਟਾਵਾ ਜ਼ਰੂਰ ਕਰ ਜਾਂਦੀਆਂ ਹਨ। ਜਿਵੇਂ ਹੁਣੇ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ 2 ਹਲਕਿਆਂ ਤੋਂ ਸਿੱਖ ਜਜ਼ਬਾਤਾਂ ਨੇ ਆਪਣੀ ਹਾਜ਼ਰੀ ਲਵਾਈ ਹੈ। ਬੇਸ਼ੱਕ ਭਾਈ ਸਰਬਜੀਤ ਸਿੰਘ ਨਜ਼ਰਬੰਦ ਨਹੀਂ ਸਨ, ਪਰੰਤੂ ਉਹਨਾਂ ਦੇ ਪਿਤਾ ਦੀ ਕੁਰਬਾਨੀ ਜਿਹੜੀ ਭਾਰਤ ਦੇ ਨਿਜ਼ਾਮ ਨੂੰ ਰੜਕਦੀ ਹੈ, ਸਾਰੇ ਵਿਰੋਧ ਉੱਤੇ ਪੈਰ ਧਰ ਕੇ ਭਾਈ ਸਰਬਜੀਤ ਸਿੰਘ ਜਿੱਤ ਗਏ ਹਨ। ਅਤੇ ਦੂਜੇ ਯੋਧੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਡਿਬਰੂਗੜ੍ਹ ਦੀ ਜੇਲ੍ਹ ਵਿੱਚ NSA ਦੀ ਨਜ਼ਰਬੰਦ ਹੋਣ ਦੇ ਬਾਅਦ ਬਾਵਜੂਦ ਵੀ ਵੱਡੇ ਫਰਕ ਨਾਲ ਜੇਤੂ ਰਹੇ ਨੇ। ਇਸ ਤਰ੍ਹਾਂ ਹੀ ਕਸ਼ਮੀਰ ਵੈਲੀ ਵਿੱਚੋਂ ਵੀ ਇੱਕ ਨਜ਼ਰਬੰਦ ਮੁਸਲਿਮ ਵੀਰ ਵੀ ਜਿੱਤ ਗਿਆ। ਕੋਈ ਵੀ ਜਿੱਤਿਆ, ਉਹਨਾਂ ਲੋਕਾਂ ਨੇ ਆਪਣਾ ਮਤਦਾਨ ਕੀਤਾ, ਉਸਦੀ ਜਿੱਤ ਨੂੰ ਬੂਰ ਪਿਆ। ਬੇਸ਼ੱਕ ਉਹ ਕਿਸੇ ਜੇਲ੍ਹ ਵਿੱਚ ਨਜ਼ਰਬੰਦ ਹੋਵੇ ਅਤੇ ਸਰਕਾਰ ਦੀ ਨਜ਼ਰ ਵਿੱਚ ਖਤਰਨਾਕ ਮੁਜਰਮ ਹੀ ਕਿਉਂ ਨਾ ਹੋਵੇ, ਪਰੰਤੂ ਜਦੋਂ ਲੱਖਾਂ ਲੋਕ ਉਸਨੂੰ ਵੋਟ ਪਾ ਕੇ ਜਿਤਾਉਂਦੇ ਹਨ ਤਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਉਹ ਹਲਕੇ ਦੇ ਵੋਟਰ ਜਾਂ ਉਸਦੀਆਂ ਗਤੀਵਿਧੀਆਂ ਜਾਂ ਉਸ ਵੱਲੋਂ ਆਰੰਭੇ ਜਾ ਕੀਤੇ ਕਾਰਜਾਂ ਉੱਤੇ ਇੱਕ ਕਿਸਮ ਦੀ ਮੋਹਰ ਲਾਉਂਦੇ ਹਨ। ਅਸੀਂ ਇਸ ਦੇ ਨਾਲ ਹਾਂ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ।